ਕਮਲ ਖੈਰਾ ਦੇ ਫੈਨਸ ਦੇ ਲਈ ਖੁਸ਼ਖਬਰੀ। ਕਮਲ ਖੈਰਾ ਆ ਰਹੇ ਆਪਣੇ ਨਵੇਂ ਟਰੈਕ ਵਿਚੋਲਿਆਂ ਦੀ ਗੱਪ ਦੇ ਨਾਲ, ਜੋ ਕਿ ਰਿਲੀਜ਼ ਹੋਣ ਜਾ ਰਿਹਾ ਹੈ 4 ਦਸੰਬਰ ਨੂੰ। ਇਹ ਗਾਣਾ ਉਹ ਤਕਰੀਬਨ 8 ਮਹੀਨਿਆਂ ਬਾਅਦ ਸਾਰਿਆਂ ਦੇ ਸਾਹਮਣੇ ਲੈ ਕੇ ਆ ਰਹੇ ਨੇ ਤੇ ਇਸ ਚੀਜ਼ ਦਾ ਖੁਲਾਸਾ ਉਹਨਾਂ ਨੇ ਕੀਤਾ ਆਪਣਾ ਨਵਾਂ ਪੋਸਟਰ ਵਿਚੋਲਿਆਂ ਦੀ ਗੱਪ ਨੂੰ ਪੋਸਟ ਕਰਕੇ ਸੋਸ਼ਲ ਮੀਡੀਆ ਦੇ ਉੱਤੇ। ਇਸ ਗਾਣੇ ਨੂੰ ਗਾਇਆ ਹੈ ਕਮਲ ਖੈਰਾ ਨੇ, ਫੀਚਰਿੰਗ ਸੋਨੀਆ ਵਰਮਾ, ਮਿਊਜ਼ਿਕ ਦਿੱਤਾ ਹੈ ਦੇਸੀ ਕਰੂ ਨੇ, ਲਿਰਿਕਸ ਕੀਤੇ ਨੇ ਇਸ ਗਾਣੇ ਦੇ ਮਨਦੀਪ ਮਾਵੀ ਨੇ ਤੇ ਇਸ ਗਾਣੇ ਨੂੰ ਡਾਇਰੈਕਟ ਕੀਤਾ ਹੈ ਪੰਕਜ ਵਰਮਾ ਨੇ। ਯਾਨੀ ਕਿ ਇੱਕ ਬਹੁਤ ਹੀ ਵੱਡਾ ਗੈਪ, 8 ਮਹੀਨਿਆਂ ਦਾ ਗੈਪ, ਤੇ ਉਸ ਤੋਂ ਬਾਅਦ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਕਮਲ ਖੈਰਾ ਨੇ ਇਸ ਗਾਣੇ ਨੂੰ ਲਾਂਚ ਕੀਤਾ ਹੈ ਤੇ ਦੇਖਦੇ ਹਾਂ ਇਸ ਸੀਜ਼ਨ ਦੇ ਵਿੱਚ ਕਮਲ ਖੈਰਾ ਕਿੰਨਾ ਕੁ ਇਸ ਗਾਣੇ ਤੋਂ ਸਕਸੈਸ ਲੈ ਪਾਉਂਦੇ ਨੇ।